ਭਾਜਪਾ ਦਾ ਚਿਹਰਾ ਦੱਸਿਓ ਮਾੜਾ ਜਿਹਾ, ਕਿਵੇਂ ਬੇਨਕਾਬ ਹੋ ਗਿਆ? ਕਹਿੰਦੇ ਪ੍ਰਦੂਸ਼ਣ ਲਈ ਪੰਜਾਬ ਹੀ ਜ਼ਿੰਮੇਵਾਰ ਹੈ ਜੀ। ਨਹੀਂ ਜੀ, ਬਿਲਕੁਲ ਬਸ਼ਰਮਪਣੇ ਤੇ ਆ ਗਈ ਹੈ ਕੇਂਦਰ ਸਰਕਾਰ ਜੀ। ਕੇਂਦਰ ਸਰਕਾਰ ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕ ਕੇ ਬੈਠੀ ਹੈ। ਕੇਂਦਰ ਸਰਕਾਰ ਪੰਜਾਬ ਦੀ GST ਸਮੇਂ ਸਿਰ ਨਹੀਂ ਦਿੰਦੀ। ਕੇਂਦਰ ਸਰਕਾਰ ਪੰਜਾਬ ਚਾਹੇ ਹੜਾਂ ਦੇ ਉੱਤੇ ਵਿਸ਼ੇਸ਼ ਪੈਕੇਜ ਤੱਕ ਦੇਣ ਨੂੰ ਤਿਆਰ ਨਹੀਂ ਹੁੰਦੀ। ਕੇਂਦਰ ਸਰਕਾਰ MSP ਤੇ ਫਸਲਾਂ ਦੀ ਖਰੀਦ ਲਈ ਤਿਆਰ ਨਹੀਂ ਆ ਤੇ ਕਹਿੰਦੀ ਜੀ ਆ ਸਾਰਾ ਜਿਹੜਾ ਪ੍ਰਦੂਸ਼ਣ ਹੈ ਉਹਦਾ ਕਹਿੰਦੇ 93% ਕਾਰਨ ਪਰਾਲੀ ਹੈ ਜੀ, ਪੰਜਾਬ ਦੀ ਪਰਾਲੀ ਹੈ ਜੀ ਜੀ। ਬਸ਼ਰਮਪਣੇ ਤੇ ਆ ਗਏ। ਕੇਂਦਰ ਦਾ ਵਾਤਾਵਰਨ ਮੰਤਰੀ ਆ ਜੀ ਭੁਪਿੰਦਰ ਯਾਦਵ, ਠੀਕ ਹੈ ਜੀ, ਉਹ ਕਹਿੰਦਾ ਜੀ ਕਿ ਸਿੱਧੀ ਜੀ ਗੱਲ ਹੈ ਕਿ ਆਹ ਜਿਹੜਾ ਦਿੱਲੀ ਚੈਂਬਰ ਬਣਿਆ ਹੈ, ਦਿੱਲੀ ਚ ਪ੍ਰਦੂਸ਼ਣ ਦਾ ਮਿਆਰ ਵਧਿਆ ਹੈ, ਇਹਦੇ ਲਈ ਪਰਾਲੀ ਸੜਨਾ ਕਾਰਨ ਹੈ ਤੇ ਉਹ ਪੰਜਾਬ ਦੀ ਪਰਾਲੀ ਹੈ ਜੀ, ਕਹਿੰਦਾ ਪੰਜਾਬ ਇੱਕ ਕਾਰਨ ਹੈ। ਤੇ ਉਹਦੇ ਨਾਲ ਨਾਲ ਉਹਨੇ ਬਕਾਇਦਾ ਉਹਨੇ ਵੀ ਉਹ ਆਪਣਾ ਟਵਿੱਟਰ ਤੇ ਐਕਸ ਤੇ ਮੋਟਾ ਲਿਖ ਕੇ ਪਾਇਆ, ਕਹਿੰਦਾ ਜੀ ਮੈਂ ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਲੀਡਰ ਨਹੀਂ ਦੇਖਿਆ ਜਿਹੜਾ ਕੇਜਰੀਵਾਲ ਤੋਂ ਵੱਧ ਝੂਠਾ ਹੋਵੇ। ਕਹਿੰਦਾ ਜੀ ਕੇਜਰੀਵਾਲ ਤੋਂ ਝੂਠਾ ਕੋਈ ਲੀਡਰ ਨਹੀਂ ਗਾ, ਕਿਉਂਕਿ ਜੀ ਕਹਿੰਦਾ ਕਿ ਉਹਨੇ ਕੋਈ ਪ੍ਰਬੰਧ ਨਹੀਂ ਕੀਤਾ ਅਜੇ ਤੱਕ, ਪਰਾਲੀ ਦਾ ਦਮ ਬੜੇ ਭਰੇ ਸੀ। ਠੀਕ ਹੈ, ਕਮਾਲ ਹੈ। ਮੈਂ ਕਹਿੰਦਾ ਭੁਪਿੰਦਰ ਯਾਦਵ ਜੀ ਕੇਜਰੀਵਾਲ ਝੂਠਾ, ਪਰ ਐ ਨਾ ਕਹੋ ਕਿ ਸਭ ਤੋਂ ਝੂਠਾ, ਤੁਸੀਂ ਘੱਟ ਝੂਠੇ ਨੀ ਗੇ, ਤੁਹਾਡੀ ਸਰਕਾਰ ਵੀ ਘੱਟ ਝੂਠੀ ਨੀ ਜੀ। ਪ੍ਰਵੀਨ ਜੀ ਇਹ ਕਹਿੰਦੇ ਕਿ ਇਹਨੇ ਕੋਈ ਪ੍ਰਬੰਧ ਨੀ ਕੀਤਾ ਪਰਾਲੀ ਦਾ। ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਕਿੰਨਾ ਦੇਰ ਹੋਇਆ ਜੀ? ਡੇਢ ਸਾਲ ਹੋਇਆ, 2.5 ਸਾਲ ਹੋਏ ਨੇ। ਹਾਂ ਜੀ। ਤੇ ਜਿਹੜੀ ਪਾਰਟੀ ਵੱਲੋਂ ਤੁਸੀਂ ਕੇਂਦਰ ਚ ਮੰਤਰੀ ਹੋ ਭੁਪਿੰਦਰ ਯਾਦਵ ਜੀ, ਉਹਨੂੰ ਕਿੰਨਾ ਚਿਰ? ਉਸ ਪਾਰਟੀ ਨੇ ਬਾਦਲ ਦੇ ਨਾਲ ਪੰਜਾਬ ਚ 5 ਸਾਲ ਪਹਿਲਾਂ ਵਾਜਪਾਈ ਦੇ ਸਮੇਂ ਰਾਜ ਕੀਤਾ। ਹਾਂ ਜੀ, 97 ਤੋਂ 2002 ਤੱਕ, ਤੇ ਉਸ ਤੋਂ ਬਾਅਦ 2007 ਤੋਂ ਲੈ ਕੇ 2017 ਤੱਕ ਮਨਮੋਹਨ ਜਦੋਂ ਕੇਂਦਰ ਸੀ ਤੇ ਮੋਦੀ ਜਦੋਂ ਕੇਂਦਰ ਸੀ ਉਸ ਸਮੇਂ ਬਾਦਲਾਂ ਨਾਲ ਫਿਰ ਪੰਜਾਬ ਤੁਹਾਡੀ ਸਰਕਾਰ ਸੀ। ਹਾਂ ਜੀ। ਜੇ ਪਰਾਲੀ ਦਾ ਹੱਲ ਸੂਬੇ ਦੀ ਸਰਕਾਰ ਦੇ ਹਵਾਲੇ ਨਾਲ ਹੋਣਾ ਸੀ, ਤੁਹਾਡੇ ਕੋਲ 15 ਸਾਲ ਪਿਛਲੇ ਦੌਰ ਚ ਰਿਹਾ ਹੈ ਜੀ, 15 ਸਾਲ ਚ ਕਰ ਲਿਆ। ਜੇਕਰ ਇਹ ਸਵਾਲ ਹੈ ਕਿ ਕੇਂਦਰ ਦਾ ਮਸਲਾ ਇਹ, ਕੇਂਦਰ ਨੇ ਇਹਦੇ ਪਰ ਸਬਸਿਡੀ ਨੀ ਅਜੇ ਤੱਕ ਦੇਣੀ ਤੈਅ ਕੀਤੀ, ਜਿਹਦੇ ਵੱਲ ਸੁਪਰੀਮ ਕੋਰਟ ਨੇ ਵੀ ਇਸ਼ਾਰਾ ਕੀਤਾ ਸੀ ਕਿ ਸਬਸਿਡੀ ਉਹ ਦੇ ਦਿਓ ਸੰਭਾਲਣ ਲਈ, ਪ੍ਰਤੀ ਕੁਇੰਟਲ 100 ਰੁਪਏ ਦੇ ਦਿਓ ਪੈਟਰੋਲ ਡੀਜ਼ਲ ਦਾ, ਡੀਜ਼ਲ ਦਾ ਰੇਟ ਦੇ ਦਿਓ ਅਗਲੇ ਨੂੰ। ਹਾਂਜੀ, ਸੰਭਾਲ ਲੂਗਾ। ਤੇ ਜੇਕਰ ਉਹ ਗੱਲ ਹੈ ਫਿਰ ਕੇਂਦਰ ਚ ਹੁਣ ਵੀ ਤੁਹਾਡੀ ਸਰਕਾਰ ਹੈ, ਪਿਛਲੇ 5 ਸਾਲ ਪਹਿਲਾਂ ਵੀ ਤੁਹਾਡੀ ਉਹ ਸਰਕਾਰ ਸੀ, ਉਹ ਤੋਂ ਪਹਿਲਾਂ ਵੀ ਤੁਹਾਡੀ ਆ ਚੁੱਕੀ ਹੈ, ਤੁਸੀਂ ਉਹ ਚ ਹੱਲ ਕਰ ਲੈਂਦੇ। ਇਹ ਕੰਨੀ ਉਂਗਲ ਕਰਨੀ ਆਸਾਨ ਹੈ ਸਰ, ਪੰਜਾਬ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਹਵਾਲੇ ਤੁਸੀਂ ਕਹੋਗੇ ਸਾਰਾ ਪੰਜਾਬ ਮੈਂ ਚਿੱਕੇ ਟੰਗ ਦੇਣਾ, ਜੇ ਇਹੀ ਗੱਲ ਹੈ। ਪ੍ਰਵੀਨ ਜੀ ਅੰਕੜੇ ਨੇ, ਅੰਕੜੇ ਕਹਿੰਦੇ 2020 ਦੇ ਵਿੱਚ ਪੰਜਾਬ ਚ 76,590 ਥਾਵਾਂ ਤੇ ਪਰਾਲੀ ਸੜੀ ਸੀ। ਠੀਕ ਹੈ ਜੀ। ਇਹ ਜਿਹੜੇ ਮਾਮਲੇ ਦਰਜ ਹੋਏ ਨੇ ਉਹਨਾਂ ਦੇ ਹਵਾਲੇ ਨਾਲ ਜੋ ਮਾਮਲੇ ਸਾਹਮਣੇ ਆਏ ਨੇ, 2021 ਚ ਘੱਟ ਕੇ 71,304 ਹੋ ਗਏ, 20 ਦੇ ਵਿੱਚ 76,000 ਤੋਂ ਉੱਪਰ ਸੀ, 21 ਦੇ ਵਿੱਚ 71,000 ਆ ਗਏ, 2022 ਚ ਘੱਟ ਕੇ 49,000 ਤੇ ਆ ਗਏ, 50,000 ਤੋਂ ਥੱਲੇ ਆ ਗਏ, ਤੇ ਇਸ ਵਾਰ ਕਹਿੰਦੇ 23,620 ਨੇ ਮਾਮਲੇ ਤਾਂ ਕਿਤੇ ਆ ਗਏ 23,000 ਤੇ ਆ ਗਏ। ਪੰਜਾਬ ਚ ਨਿਕਲ ਦੇਖੋ ਹਰ ਦੂਜੇ ਖੇਤ ਚ ਤੁਹਾਨੂੰ ਪਰਾਲੀ ਸੰਭਾਲਦੇ ਮਿਲ ਜਾਣਗੇ, ਗੱਠਾਂ ਬਣਦੀਆਂ ਦਿਖ ਜਾਣਗੀਆਂ। ਹਾਂਜੀ, 23,620 ਮਾਮਲੇ ਹੁਣ ਤੱਕ ਆਏ ਨੇ ਤੇ ਹਫ਼ਤਾ 10 ਦਿਨਾਂ ਦੀ ਗੱਲ ਹੈ। ਹੁਣ ਇਹਨਾਂ ਦੇ ਅੰਕੜੇ ਦੱਸ ਰਹੇ ਨੇ ਕਿ ਇੱਕ ਦਿਨ ਚ ਜੀ ਪੰਜਾਬ ਚ 3 ਗੁਣਾ ਪਰਾਲੀ ਸੜਨ ਦੇ ਮਾਮਲੇ ਘੱਟ ਗਏ ਜੀ ਇੱਕ ਦਿਨ ਚ। ਸੋ ਇਸ ਲਈ ਜੇਕਰ ਇਹ ਅੰਕੜੇ ਘੱਟ ਰਹੇ ਨੇ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਜੀ ਕਿ ਹਾਂ ਪੰਜਾਬ ਇਹਦੇ ਲਈ ਜ਼ਿੰਮੇਵਾਰ? ਔਰ ਪੰਜਾਬ ਦਾ AQI, ਪੰਜਾਬ ਦੇ ਸ਼ਹਿਰਾਂ ਦਾ AQI, ਚੰਡੀਗੜ੍ਹ ਦਾ AQI, ਅੰਬਾਲੇ ਦਾ AQI, ਕੁਰੂਕਸ਼ੇਤਰ ਦਾ, ਤੇ ਆਪਣਾ ਦਿੱਲੀ ਦਾ ਨਾਪ ਲਓ, ਗੁੜਗਾਵਾਂ ਦਾ ਨਾਪ ਲਓ, ਨੋਇਡਾ ਦਾ ਨਾਪ ਲਓ, ਉਹਦਾ ਸਾਡੇ ਨਾਲੋਂ 3 ਗੁਣਾ ਵੱਧ ਕਿਉਂ ਹੈ? ਸਾਡਾ ਕਿਉਂ ਨੀ ਉਹ ਜੇ ਸਾਡੀ ਉਹ ਪਰਾਲੀ ਕਰਨ? ਪਰਾਲੀ ਸੜ ਰਹੀ ਹੈ, ਉਹ ਸੜਨੀ ਨਹੀਂ ਚਾਹੀਦੀ, ਉਹਦਾ ਬਦਲਵਾਂ ਹੱਲ ਕੇਂਦਰ ਨੇ ਦੇਣਾ, ਪਰ ਤੁਸੀਂ ਸਾਰਾ ਭਾਂਡਾ ਪੰਜਾਬ ਦੇ ਸਿਰ ਭੰਨੋਗੇ, ਤੁਹਾਡੀ ਬਸ਼ਰਮੀ ਦੀ ਹੱਦ ਹੈ। ਕੇਂਦਰ ਜਾਣ ਮੁਣ ਕੇ ਤੁਹਾਡੀ ਹੁਣ ਆਪ ਨਾਲ ਨਹੀਂ ਬਣਦੀ, ਤੁਸੀਂ ਪਹਿਲਾਂ ਆਪ ਵੀ ਪੰਜਾਬ ਨੂੰ ਨਿੰਦਦਾ ਸੀ, ਕੇਜਰੀਵਾਲ ਵੀ ਪਿਛਲੇ 2.5 ਸਾਲ ਪਹਿਲਾਂ ਪੰਜਾਬ ਨੂੰ ਭੰਡਦੇ ਸੀ, ਕਿਉਂਕਿ ਜਦੋਂ ਪੰਜਾਬ ਚ ਆਪ ਦੀ ਸਰਕਾਰ ਨਹੀਂ ਸੀ, ਹੁਣ ਆਪਣੀ ਸਰਕਾਰ ਹੈ, ਹੁਣ ਉਹ ਵੀ ਚੁੱਪ ਨੇ, ਪਰ ਹੁਣ ਭਾਜਪਾ ਖੁੱਲ੍ਹ ਕੇ ਬੋਲ ਰਹੀ ਹੈ ਤੇ ਪੂਰੀ ਤਰ੍ਹਾਂ ਪੰਜਾਬ ਨੂੰ ਬਦਨਾਮ ਕਰ ਰਹੀ ਹੈ। ਇਹ ਭਾਜਪਾ ਦਾ ਇੱਕ ਚਿਹਰਾ ਬੇਨਕਾਬ ਹੋਣ ਦੀ ਤਸਵੀਰ ਹੈ ਕਿ ਅੰਕੜਿਆਂ ਚ ਪਰਾਲੀ ਸਾੜਨ ਦੇ ਮਾਮਲੇ ਘਟੇ ਨੇ ਔਰ
ਪ੍ਰਵੀਨ ਜੀ ਕਈ ਥਾਵਾਂ ਤੇ ਮਾਮਲਾ ਤਾਂ ਇਹ ਵੀ ਸਾਹਮਣੇ ਆਇਆ, ਉਹ ਕਹਿੰਦੇ ਕਿ ਭਾਈ ਗਾਂ ਗਾਂ ਠੰਡ ਵੱਧ ਜਾਣੀ, ਅਸੀਂ ਕਣਕ ਕਦੋਂ ਬੀਜੀਏ ਤੇ ਪਰਾਲੀ ਸਾਂਭਣ ਵਾਲੀਆਂ ਜਿਹੜੀਆਂ ਕੰਪਨੀਆਂ ਦੀਆਂ ਮਸ਼ੀਨਾਂ ਮਸ਼ੂਨਾਂ ਜਾਂ ਸਰਕਾਰੀ ਯੰਤਰ ਮੰਤਰ ਨੇ ਉਹ ਮਿਲਦੇ ਹੀ ਨੀ ਸਮੇਂ ਸਿਰ ਤੇ ਉਹ ਪ੍ਰਬੰਧ ਸਰਕਾਰਾਂ ਨੇ ਕਰਕੇ ਦੇਣਾ, ਕਿਸੇ ਪਾਸੇ ਵੀ ਪੂਰਾ ਪ੍ਰਬੰਧ ਨੀ ਤੁਹਾਡਾ, ਨਾ ਸੰਭਾਲਣ ਦੀ ਸਬਸਿਡੀ ਤੇ ਨਾ ਸੰਭਾਲਣ ਲਈ ਮਸ਼ੀਨਾਂ ਪੂਰੀਆਂ, ਤੇ ਫਿਰ ਕਿਸਾਨ ਕਰੇ ਤਾਂ ਕੀ ਕਰੇ ਜੀ। ਇਸ ਲਈ ਇਹ ਸਾਰੇ ਮਾਮਲੇ ਚ ਇੱਕ ਤਰ੍ਹਾਂ ਬੇਨਕਾਬ ਹੋਈ ਹੈ ਭਾਜਪਾ ਤੇ ਭਾਜਪਾ ਦੇ ਵਾਤਾਵਰਨ ਮੰਤਰੀ ਦਾ ਪ੍ਰਦੂਸ਼ਿਤ ਬਿਆਨ ਸਾਹਮਣੇ ਆਇਆ ਜੀ। ਜੀ ਜੀ